ਸਵਾਰੀਆਂ ਨਾਲ ਭਰੀ ਇੱਕ ਬੱਸ ਦੇ ਨਾਲ ਵੱਡਾ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਬੱਸ ਇੱਕ ਖੜੇ ਟਰੱਕ 'ਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਹੋਈ ਕਿ ਇਸ ਬੱਸ ਦੇ ਪਰਖੱਚੇ ਤੱਕ ਉੱਡ ਗਏ। ਤਸਵੀਰਾਂ ਦੇ ਵਿੱਚ ਇਸ ਬੱਸ ਦਾ ਹਾਲ ਦੇਖੋ, ਕਿਸ ਕਦਰ ਚਕਨਾ ਚੂਰ ਹੋ ਗਈ ਹੈ ਤੇ ਇਸ ਦੇ ਅੰਦਰ ਬੈਠੀਆਂ ਸਵਾਰੀਆਂ ਦਾ ਸੋਚੋ ਕੀ ਹਾਲ ਹੋਇਆ ਹੋਏਗਾ, ਜਿਨ੍ਹਾਂ ਦੇ ਵਿੱਚੋਂ 6 ਦੀ ਤਾਂ ਮੌਤ ਵੀ ਹੋ ਚੁੱਕੀ ਹੈ ਤੇ ਕਈ ਸਵਾਰੀਆਂ ਇੱਥੇ ਬੱਸ ਦੇ ਅੰਦਰ ਸੀਟਾਂ ਦੇ ਹੇਠਾਂ ਫਸੀਆਂ ਰਹੀਆਂ ਨੇ, ਜਿਨ੍ਹਾਂ ਨੂੰ ਕੱਢਣ ਦੇ ਲਈ ਕੜੀ ਮਸ਼ਕਤ ਕਰਨੀ ਪਈ ਹੈ। ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਵਿੱਚ ਇਹ ਹਾਦਸਾ ਵਾਪਰਿਆ, ਜਿੱਥੇ ਮਹਿਰ ਦੇ ਨਾਦਾਨ ਦਿਹਾਤ ਥਾਣੇ ਦੇ ਨਜ਼ਦੀਕ ਇਹ ਹਾਦਸਾ ਹੋਇਆ ਹੈ। ਇੱਥੋਂ ਗੁਜ਼ਰਦੀ ਹੋਈ ਇੱਕ ਤੇਜ਼ ਰਫ਼ਤਾਰ ਬੱਸ ਇੱਕ ਖੜੇ ਟਰੱਕ 'ਚ ਜਾ ਵੱਜੀ ਹੈ। ਟੱਕਰ ਬੇਹੱਦ ਭਿਆਨਕ ਰਹੀ, ਜਿਸ ਕਰਕੇ ਬੱਸ ਦੇ ਪਰਖੱਚੇ ਉੱਡ ਗਏ, ਚਕਨਾ ਚੂਰ ਹੋ ਗਈ ਹੈ ਬੱਸ ਤੇ ਇਸ ਦੌਰਾਨ 6 ਲੋਕਾਂ ਦੀ ਮੌਤ ਵੀ ਹੋ ਗਈ ਹੈ। ਸੜਕ 'ਤੇ ਲਾਸ਼ਾਂ ਵਿਛੀਆਂ ਦੇਖ ਲੋਕਾਂ ਦੇ ਵੀ ਰੌਂਗਟੇ ਖੜ੍ਹੇ ਹੋ ਗਏ ਅਤੇ ਜਿਨ੍ਹਾਂ ਨੇ ਹਾਦਸਾ ਦੇਖਿਆ ਉਹਨਾਂ ਦੀ ਰੂਹ ਤੱਕ ਕੰਬ ਗਈ। ਇੱਥੇ ਪ੍ਰਸ਼ਾਸਨ ਦੇ ਵੱਲੋਂ, ਪੁਲਿਸ ਦੇ ਵੱਲੋਂ ਕੜੀ ਮਸ਼ਕਤ ਕਰਨੀ ਪਈ, ਜਿਨ੍ਹਾਂ ਸਵਾਰੀਆਂ ਦੇ ਪੈਰ ਸੀਟਾਂ ਦੇ ਹੇਠਾਂ ਫਸੇ ਹੋਏ ਸਨ ਜਾਂ ਕੋਈ ਸਵਾਰੀ ਹੀ ਸੀਟ ਦੇ ਅੰਦਰ ਫਸ ਗਈ ਤਾਂ ਉਹਨਾਂ ਨੂੰ ਕੱਢਣ ਲਈ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਕਈ ਲੋਕ ਇੱਥੇ ਜ਼ਖਮੀ ਹੋਏ ਨੇ। ਬੱਸ ਦੇ ਵਿੱਚ ਕਰੀਬ 40 ਸਵਾਰੀਆਂ ਸਨ, ਜਿਨ੍ਹਾਂ ਦੇ ਵਿੱਚੋਂ 6 ਦੀ ਮੌਤ ਹੋ ਗਈ ਹੈ, ਜਦਕਿ ਕਈ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਨੂੰ ਲੈ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ, ਕਿਉਂਕਿ ਇੱਥੇ ਜੋ ਹਾਲ ਬਣਿਆ ਇਸ ਹਾਦਸੇ ਤੋਂ ਬਾਅਦ, ਜੋ ਚੀਕ ਚਿਹਾੜਾ ਮਚਿਆ, ਸੜਕ 'ਤੇ ਹੀ ਕੀਰਨੇ ਪੈਣ ਲੱਗੇ ਤਾਂ ਇਹ ਮੰਜ਼ਰ ਦੇਖ ਕੇ ਕਿਸੇ ਦਾ ਵੀ ਮਨ ਭਰ ਆਏ। ਦੱਸਿਆ ਜਾ ਰਿਹਾ ਹੈ ਕਿ ਟਰੈਵਲਸ ਬੱਸ ਸੀ ਜੋ ਕਿ ਨਾਗਪੁਰ ਨੂੰ ਜਾ ਰਹੀ ਸੀ ਤਾਂ ਇਸੇ ਦੌਰਾਨ ਹੀ ਖੜ੍ਹੇ ਟਰੱਕ ਦੇ ਵਿੱਚ ਜਾ ਵੱਜੀ। ਡਰਾਈਵਰ ਕਾਫੀ ਤੇਜ਼ ਰਫ਼ਤਾਰ ਦੇ ਨਾਲ ਬੱਸ ਚਲਾ ਰਿਹਾ ਸੀ ਤਾਂ ਜਦੋਂ ਸਾਹਮਣੇ ਇੱਕ ਟਰੱਕ ਖੜ੍ਹਾ ਨਜ਼ਰ ਆਇਆ ਤਾਂ ਉਸ ਤੋਂ ਬ੍ਰੇਕ ਨਹੀਂ ਲੱਗੀ ਅਤੇ ਇਹ ਬੱਸ ਸਿੱਧਾ ਉਸ ਟਰੱਕ ਦੇ ਵਿੱਚ ਜਾ ਵੱਜੀ, ਜਿਸ ਕਰਕੇ ਹਾਦਸਾ ਹੋਇਆ ਹੈ ਅਤੇ ਇਸ ਤੋਂ ਬਾਅਦ 6 ਲੋਕਾਂ ਦੀ ਮੌਤ ਹੋ ਗਈ ਹੈ। ਕਈ ਲੋਕ ਜ਼ਖਮੀ ਨੇ, ਕਈਆਂ ਦੀ ਹਾਲਤ ਗੰਭੀਰ ਹੈ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੂੰ। ਤੇ ਪੁਲਿਸ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਹਾਦਸੇ ਦੇ ਅਸਲ ਕਾਰਨ ਕੀ ਨੇ। ਇਸ ਬੱਸ ਕੰਡਕਟਰ ਦੀ ਵੀ ਮੌਤ ਹੋ ਚੁੱਕੀ ਹੈ।